ਦੇਰ ਰਾਤ ਕਪੂਰਥਲਾ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਇੰਸਪੈਕਟਰ ਪਰਵਿੰਦਰ ਸਿੰਘ ਬਾਜਵਾ ਨੂੰ ਜਲੰਧਰ ਦੇ ਨਸ਼ਾ ਮੁਕਤ ਕੇਂਦਰ ਤੇ ਸਾਈਕਾਟ੍ਰਿਕ ਵਿਭਾਗ 'ਚ ਲਿਆਇਆ ਗਿਆ। ਇਸ ਦੌਰਾਨ ਜਲੰਧਰ ਦੇ 4 ਥਾਣੇ ਦੀ ਪੁਲਿਸ ਨੇ ਘੇਰਾਬੰਦੀ ਕਰਕੇ ਬਾਜਵਾ ਨੂੰ ਸੈਂਟਰ 'ਚ ਦਾਖਲ ਕਰਵਾਇਆ ਤੇ ਮੀਡੀਆ ਤੋਂ ਦੂਰ ਕਰਦੀ ਹੋਈ ਸਿੱਧਾ ਸੈਂਟਰ 'ਚ ਲੈ ਗਈ। ਅੱਜ ਕਰੀਬ 10:15 ਦੇ ਵਜੇ ਜਿਹੜਾ ਇੰਸਪੈਕਟਰ ਪਰਵਿੰਦਰ ਸਿੰਘ ਬਾਜਵਾ ਜਿਹੜੇ ਕਿ SHO ਮਹਿਤਪੁਰ ਲੱਗੇ ਨੇ, ਇਹ ਆਪਦੇ ਸਿਵਲ ਡਰੈਸ ਦੇ ਵਿੱਚ ਇਹਨਾਂ ਨੇ ਪਟਕਾ ਬੰਨ੍ਹਿਆ ਹੋਇਆ ਸੀਗਾ, ਕੈਪਰੀ ਬਾਈ ਪਲੱਸ ਜਿਹੜੀ ਇਹਨਾਂ ਦੀ ਕਲੀਨ ਸ਼ੇਵ ਕੀਤੀ ਹੋਈ ਸੀਗੀ ਆ ਕੇ, ਅਤੇ ਜਿਹੜਾ ਮੇਨ ਸਿਕਿਉਰਿਟੀ ਡਿਊਟੀ ਗੇਟ ਹੈ ਉੱਥੇ ਡਿਊਟੀ ਦੇ ਜਿਹੜੇ ਆਪਣੇ ਕਰਮਚਾਰੀ ਜਿਹੜੇ ਤੈਨਾਤ ਹੈ ਇਸ ਸੁਖਵਿੰਦਰਪਾਲ ਸਿੰਘ ਸੀ, ਉਹਨੂੰ ਮੈਨ ਹੈਂਡਲਿੰਗ ਕਰਕੇ ਇਹਦੇ ਕਿ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਉੱਥੇ ਐਂਟਰੀ ਕਰ ਲਈ ਹੈ। ਇਹ ਜਾ ਕੇ ਇਹਨਾਂ ਨੇ ਫਾਲੋ ਕੀਤਾ, ਜਾ ਕੇ ਇਹਨਾਂ ਗੱਲਬਾਤ ਕੀਤੀ, ਜਿੱਥੇ ਕਿ ਇਹਨਾਂ ਨੂੰ ਸ਼ੱਕ ਪਿਆ ਵੀ ਇਹਦੇ ਕੋਲ ਕੁਛ ਹੈ ਵੈ, ਤਾਂ ਉੱਥੇ ਇਹਨਾਂ ਆਪਦਾ ਜਿਹੜਾ ਰਿਵਾਲਵਰ ਸੀਗਾ ਉਹ ਕੱਢ ਕੇ, ਜਿਹੜਾ ਇੰਸਪੈਕਟਰ ਸੁਖਵਿੰਦਰ ਸਿੰਘ ਸੀ ਜਿਹੜੇ SHO ਬਸਤੀ ਬਾਵਾ ਖੇਲ ਜਿਹੜੇ ਕਿ ਆਲਰੇਡੀ ਡਿਪਲੋਇਡ ਸੀਗੇ ਕੋਰਟ ਦੇ ਵਿੱਚ, ਉਹਨਾਂ ਨੂੰ ਹੈਂਡਓਵਰ ਕੀਤਾ। ਤਾਂ ਅਸੀਂ ਇਸ ਦੇ ਖਿਲਾਫ਼ ਜਿਹੜਾ ASI ਸੁਖਵਿੰਦਰਪਾਲ ਸਿੰਘ ਸੀ ਉਹਨਾਂ ਨੇ ਰਿਟਰਨ ਕੰਪਲੇਂਟ ਕੀਤੀ ਟੂ ਦਾ CGM ਜਲੰਧਰ। CGM ਸਾਹਿਬ ਨੇ ਉੱਤੇ ਐਂਡੋਰਸ ਕਰਕੇ ਅਤੇ ਇਹਦੇ ਖਿਲਾਫ਼ ਜਿਹੜਾ ਅਸੀਂ FIR ਦਰਜ ਕੀਤੀ, FIR ਦਰਜ ਕਰਕੇ ਹੁਣ ਇਹਦੀ ਅਸੀਂ ਫੋਰਮਲੀ ਅਰੈਸਟ ਪਾ ਲਈ ਹੈ। ਫੋਰਮਲੀ ਅਰੈਸਟ ਪਾ ਕੇ ਇਹਨੂੰ ਅਸੀਂ 14 ਦਿਨ 'ਤੇ ਜਿਹੜਾ ਹੁਣ ਜੁਡੀਸ਼ੀਅਲ ਰਿਮਾਂਡ ਦੇ ਵਿੱਚ, ਜਦੋਂ ਕਿ ਅਸੀਂ ਹੁਣ ਸਾਡੀ ਪਾਰਟੀ ਛੱਡਣ ਚੱਲ ਗਈ।